ਰੱਖੜੀ ਵਾਲੇ ਦਿਨ ਇੱਕ ਭਰਾ ਆਪਣੀਆਂ ਭੈਣਾਂ ਤੋਂ ਸਦਾ ਲਈ ਵਿਛੜ ਗਿਆ। ਦਰਅਸਲ ਇੱਕ ਹਾਦਸੇ ਦੇ ਵਿੱਚ ਉਸ ਦੀ ਮੌਤ ਹੋ ਗਈ। 3 ਮਹੀਨੇ ਬਾਅਦ ਘਰ ਆਇਆ ਸੀ ਚਾਵਾਂ ਦੇ ਨਾਲ ਕਿ ਆਪਣੀ ਭੈਣ ਤੋਂ ਰੱਖੜੀ ਬਣਵਾਵੇਗਾ, ਪਰ ਉਸੇ ਦਿਨ ਹਾਦਸੇ ਦੇ ਵਿੱਚ ਉਸ ਦੀ ਜਾਨ ਚਲੀ ਗਈ। ਉਸ ਦਾ ਬਾਈਕ ਸਲਿੱਪ ਕਰ ਗਿਆ ਜਿਸ ਕਾਰਨ ਉਸ ਦੇ ਗਹਿਰੀਆਂ ਸੱਟਾਂ ਵੱਜੀਆਂ ਤੇ ਉਸ ਦੀ ਮੌਤ ਹੋ ਗਈ। ਦੱਸਿਆ ਹੀ ਜਾ ਰਿਹਾ ਹੈ ਕਿ ਰੱਖੜੀ ਬਣਵਾਉਣ ਦੇ ਲਈ ਇਹ ਭਰਾ 3 ਮਹੀਨੇ ਬਾਅਦ ਆਪਣੇ ਘਰ ਆਇਆ ਸੀ ਅਤੇ ਬਾਈਕ ਤੋਂ ਡਿੱਗਣ ਕਾਰਨ 22 ਸਾਲ ਦੇ ਇਸ ਨੌਜਵਾਨ ਦੀ ਮੌਤ ਹੋ ਗਈ ਹੈ। ਇਹ ਮਾਮਲਾ ਗੁਰਾਇਆ ਦੇ ਪਿੰਡ ਰੁੜਕਾ ਕਲਾਂ ਦਾ ਏ, ਜਿੱਥੋਂ ਦਾ 22 ਸਾਲਾ ਗੌਰਵ 3 ਮਹੀਨੇ ਬਾਅਦ ਆਪਣੇ ਘਰ ਆਇਆ ਸੀ ਤੇ ਜਦੋਂ ਉਹ ਆਪਣੇ ਘਰ ਆਇਆ ਤਾਂ ਇਸ ਦੌਰਾਨ ਉਹ ਕਿਤੇ ਜਾਣ ਲਈ ਬਾਈਕ ਤੇ ਚਲਾ ਗਿਆ ਜਿੱਥੇ ਉਸ ਦਾ ਬਾਈਕ ਸਲਿੱਪ ਕਰ ਗਿਆ। ਦੱਸਿਆ ਵੀ ਜਾ ਰਿਹਾ ਹੈ ਕਿ ਬਾਈਕ ਤੇਜ਼ ਰਫ਼ਤਾਰ ਸੀ ਜਿਸ ਕਾਰਨ ਹਾਦਸੇ ਵੇਲੇ ਉਸਦੇ ਕਾਫ਼ੀ ਗੰਭੀਰ ਸੱਟਾਂ ਲੱਗੀਆਂ, ਜਿਸ ਨੂੰ ਐਂਬੂਲੈਂਸ ਦੇ ਵਿੱਚ ਪਹਿਲਾਂ DMC ਹਸਪੀਟਲ ਭਰਤੀ ਕਰਵਾਇਆ ਗਿਆ ਜਿੱਥੇ ਡਾਕਟਰਾਂ ਨੇ ਉਸਨੂੰ PGI ਰੈਫਰ ਕਰ ਦਿੱਤਾ, ਪਰ PGI ਪਹੁੰਚਣ ਤੋਂ ਪਹਿਲਾਂ ਹੀ ਉਸ ਦੀ ਮੌਤ ਹੋ ਗਈ ਤੇ ਦੂਜੇ ਪਾਸੇ ਪਰਿਵਾਰ ਤੇ ਦੁੱਖਾਂ ਦਾ ਪਹਾੜ ਟੁੱਟ ਪਿਆ। ਬ੍ਰਦਰ ਸੀਗਾ 21-22 ਸਾਲ ਦੀ ਉਮਰ ਸੀਗੀ ਤੇਰੀ, ਤੇ 3 ਮਹੀਨੇ ਬਾਅਦ ਚਿੰਤਪੁਰਨੀ ਤੋਂ ਆਇਆ ਸੀਗਾ ਪਿੰਡ ਵਾਪਸ ਭੈਣਾਂ ਦੇ ਕੋਲ ਰੱਖੜੀ ਬਣਾਉਣ ਦੇ ਲਈ, ਅਤੇ ਉਹ ਰੱਖੜੀ ਬਣਾਉਣ ਦੇ ਲਈ ਆਇਆ। ਪਹਿਲਾਂ ਘਰ ਬੈਠਾ, ਮਾਮ ਦੇ ਕੋਲ ਸ਼ੋਪ 'ਤੇ ਗਿਆ, ਸ਼ੋਪ ਤੋਂ ਬਸ ਯਾਰਾਂ ਦੋਸਤਾਂ ਨੂੰ ਮਿਲਦਾ ਇੱਦਾਂ ਹੀ ਬਾਈਕ 'ਤੇ ਪਿੰਡ ਦਾ ਰਾਊਂਡ ਮਾਰਨ ਗਿਆ ਬਾਈ, ਉਹਦਾ ਮੋਟਰਸਾਈਕਲ ਥੋੜ੍ਹਾ ਤੇਜ਼ ਹੋਣ ਕਾਰਨ ਸਲਿੱਪ ਹੋ ਗਿਆ, ਸੋ ਉਹਦਾ ਐਕਸੀਡੈਂਟ ਹੋ ਗਿਆ। ਸੋ ਸੱਟਾਂ ਤੋਂ ਜ਼ਿਆਦਾ ਵੱਜਣ ਕਾਰਨ ਸੋ ਸਾਰੇ ਡਾਕਟਰਾਂ ਨੇ ਜਵਾਬ ਦਿੱਤਾ ਸੀ PGI ਤੱਕ ਬਹੁਤ ਜ਼ੋਰ ਲਾਇਆ, ਅਸੀਂ ਫਗਵਾੜੇ ਸਿਵਲ ਵੀ ਲੈ ਕੇ ਗਏ, ਜਰਾਵਰ ਹੋਸਪਿਟਲ ਵੀ ਲੈ ਕੇ ਗਏ, ਉੱਥੋਂ DMC ਰੈਫਰ ਕੀਤਾ, DMC ਤੋਂ ਵੀ PGI ਵੀ ਲੈ ਕੇ ਗਏ ਬਾਅਦ ਵਿੱਚ, ਪਰ ਅਸੀਂ ਸਾਰੀ ਉਮਰ ਸਾਨੂੰ ਘਾਟਾ ਰਹੂਗਾ, ਅਸੀਂ ਉਹਨੂੰ ਬਚਾ ਨਹੀਂ ਸਕੇ। ਸੋ ਬਸ ਇਹ ਬਹੁਤ ਦੁੱਖ ਦੀ ਗੱਲ ਹੈ ਜੀ, ਜਿਹੜਾ ਸਾਡੇ ਨਾਲ ਪਾਣਾ ਵਰਤਿਆ। ਕੀ ਨਾਮ ਸੀਗਾ ਜੀ ਉਹਦੇ ਫਾਦਰ ਸਾਹਿਬ ਦਾ, ਕੀ ਨਾਮ ਸੀ ਅਤੇ ਉਹਨਾਂ ਦਾ ਕੀ ਨਾਮ ਸੀ? ਬਾਬਾ ਦਾ ਨਾਮ ਜਗੇਸ਼ ਕੁਮਾਰ ਰੌਲੀ ਜੀ, ਉਹਦਾ ਗੌਰਵ ਰੌਲੀ ਸੀਗਾ, ਅਤੇ ਬਾਕੀ ਜੀ ਰੁਕਾ ਕਰਾ ਦੇ ਰਹਿਣਾ ਪਾਣੀ। ਕੀ ਕੰਮ ਕਾਰ ਕਰਦਾ ਸੀਗਾ ਜੀ? ਕੰਮ ਕਰ ਜੀ ਉਹ ਤਾਂ ਦੁਕਾਨਾਂ ਅਸੀਂ ਲਾਉਂਦੇ ਸੀਗੇ ਜਿੱਦਾਂ ਚਿੰਤਪੁਰਨੀ ਨੂੰ ਪਹਿਲਾਂ ਬਾਬੇ ਬਾਲਕਨਾਥ ਲਈਆਂ ਹੋਈਆਂ ਸੀਗੀਆਂ ਦੁਕਾਨਾਂ, ਉੱਥੇ ਕੰਮ ਕਰਦਾ ਸੀ, ਹੁਣ ਉੱਥੋਂ ਬਾਅਦ ਚਿੰਤਪੁਰਨੀ ਮੇਲਾ ਲਾ ਕੇ ਅਤੇ ਰੱਖੜੀ ਬਣਾਉਂਦੇ ਲਈ ਆਪਣੀਆਂ ਭੈਣਾਂ ਦੇ ਕੋਲ ਆਇਆ ਸੀਗਾ ਪਿੰਡ। ਕਿੰਨੇ ਕੁ ਵਜੇ ਦੀ ਵਾਰਦਾਤ ਉੱਤੇ? ਇਹ ਸ਼ਾਮ 7:30-8 ਵਜੇ ਦੇ ਕਰੀਬ ਘਟਨਾ ਵਾਪਰੀ, ਉਦੋਂ ਬਾਅਦ ਫੋਨ ਆਇਆ ਸਾਨੂੰ ਤਾਂ ਅਸੀਂ ਹੋਸਪਿਟਲ ਦੇ ਵਿੱਚ ਜਾ ਕੇ ਉਹਨੂੰ ਦੇਖਿਆ ਅਤੇ ਉੱਥੋਂ ਅਸੀਂ ਉਹਨੂੰ ਐਂਬੂਲੈਂਸ ਦੇ ਵਿੱਚ ਲੈ ਕੇ ਗਏ ਸੀਗੇ। CC ਫੁਟੇਜ ਵਗੈਰਾ ਵੀ ਆਈ ਹੋਗੀ ਕੈਮਰੇ ਵਿੱਚ ਵੀ? ਨਹੀਂ ਸਰ, CCTV ਕੈਮਰੇ ਥੋੜ੍ਹੇ ਦੂਰ ਆ ਅਤੇ ਹਜੇ ਤੱਕ ਚੈੱਕ ਨਹੀਂ ਕੀਤੇ, ਚੈੱਕ ਕਰਾਂਗੇ ਇੱਕ ਦਿਨ ਤੱਕ। ਵੈਸੇ ਰੂਟ ਤਾਂ ਹੈ ਨਹੀਂ ਕਿਉਂਕਿ ਸਾਨੂੰ ਉੱਥੇ ਦੇ ਮੌਜੂਦਾ ਲੋਕਾਂ ਨੇ ਦੱਸਤਾ ਸੀਗਾ ਵੀ ਇਹ ਮੋਟਰਸਾਈਕਲ ਤੇਜ਼ ਸੀ, ਥੋੜ੍ਹਾ ਜਦੋਂ ਉਹਨੇ ਬ੍ਰੇਕ ਮਾਰਿਆ ਸਲਿੱਪ ਹੋ ਗਿਆ ਤਾਂ ਇਹਦੇ ਜਿਹੜਾ ਛਾਤੀ ਦਾ ਸੀ ਉਹ ਛਾਤੀ ਵਿਆਸਣ ਕਰਕੇ ਹਾਰਟ ਦਾ ਕੰਮ ਕਰਨਾ ਬੰਦ ਕਰ ਗਿਆ ਸੀ, ਆਕਸੀਜਨ ਸਲੋਅ ਹੋ ਗਈ ਸੀ ਉਹਦੀ, ਬਾਕੀ ਪਲਸ ਉਹਦੀ ਸਹੀ ਸੀ, BP ਉਹਦਾ ਸਹੀ ਸੀਗਾ ਜਦੋਂ ਅਸੀਂ ਚੈੱਕ ਕਰਾਇਆ, ਬਸ ਉਹਦੀ ਇੱਕ ਆਕਸੀਜਨ ਥੋੜ੍ਹੀ ਜਿਹੀ ਲੋਅ ਹੋ ਗਈ ਸੀ, ਬਸ ਉਹ ਜਿਹਦੇ ਉਹ ਬਸ ਲੋਅ ਹੁੰਦੀ ਗਈ ਉਹ ਆਪਣੀ ਹੋਈ। ਤਕਰੀਬਨ ਜਿੱਥੇ ਵੀ ਗਏ ਹਾਂ ਸਾਨੂੰ ਉਹਨਾਂ ਨੇ ਇਹ ਸਜੇਸ਼ਨ ਕੀਤੀ ਹੈ, ਸਾਨੂੰ ਦੱਸਿਆ ਡਾਕਟਰ ਨੇ ਵੀ ਇਹ ਸਾਡੇ ਪਾਸੇ ਦੀ ਗੱਲ ਨਹੀਂ, ਇਹਨੂੰ ਕਿਤੇ ਹੋਰ ਲੈ ਜਾਓ। ਅਸੀਂ DMC ਗਏ ਹਾਂ, DMC ਵੀ ਸਾਡੇ ਨਾਲ ਪਹਿਲਾਂ ਉਹਨਾਂ ਨੇ ਬਹੁਤ ਵਧੀਆ ਟ੍ਰੀਟਮੈਂਟ ਉਹਦਾ ਕੀਤਾ ਸਾਡੇ ਨਾਲ, ਬਹੁਤ ਵਧੀਆ ਰਿਹਾ, ਪਰ ਵਿੱਚੋਂ ਸਾਨੂੰ ਉਹਨਾਂ ਨੇ ਦੱਸਿਆ ਕਿ ਵੀ ਨਹੀਂ ਇਹ ਸ਼ਾਇਦ ਇੱਕ ਉਮੀਦ ਆ ਵੀ ਉਮੀਦ ਜਗਾਉਣੀ ਆ ਤਾਂ ਤੁਸੀਂ PGI ਇਹਨੂੰ ਲੈ ਜਾਓ। ਫਿਰ ਅਸੀਂ ਉੱਥੋਂ PGI ਲੈ ਗਏ ਹਾਂ, PGI ਪਹੁੰਚਣ ਤੋਂ
ਤਾਂ ਪਹਿਲਾਂ ਹੀ ਸ਼ਾਇਦ ਉਹ ਛੱਡ ਗਿਆ ਸੀ, ਸਾਡਾ ਸਾਥ ਛੱਡ ਗਿਆ ਸੀ। ਜਦੋਂ ਉੱਥੇ ਉੱਥੇ ਜਾ ਕੇ ਅੱਧਾ ਘੰਟਾ ਡਾਕਟਰਾਂ ਨੇ ਪੀ ਜੀ ਆਈ ਦੇ ਹੋਸਪਿਟਲ ਦੇ ਵਿੱਚ ਡਾਕਟਰਾਂ ਨੇ ਸਾਨੂੰ ਐਂਬੂਲੈਂਸ ਦੇ ਵਿੱਚੋਂ ਉੱਤਰ ਨਹੀਂ ਦਿੱਤਾ, ਉਹ ਡਾਕਟਰ ਉੱਥੇ ਆਪ ਚੱਲ ਕੇ ਆਏ ਸੀ ਅਤੇ ਉਹਨੇ ਸਾਡੇ ਮੁੰਡੇ ਦਾ ਉੱਥੇ ਪਹਿਲਾਂ ਟ੍ਰੀਟਮੈਂਟ ਕੀਤਾ, ਪੂਰੀ ਚੈੱਕਅਪ ਕੀਤਾ ਉਹਦਾ। ਉਸ ਤੋਂ ਬਾਅਦ ਵੀ ਉਹਨਾਂ ਨੇ ਕਿਹਾ ਵੀ ਇਹਨੂੰ ਅੰਦਰ ਲੈ ਕੇ, ਅੰਦਰ ਆਕਸੀਜਨ ਲਗਾਈ ਗਈ, ਫਿਰ ਉਹਦੀ ਹਾਰਟ ਰੇਟ ਜੇ ਉਹ ਕਰੰਟ ਲਾ ਕੇ ਦੇਖ ਗਿਆ, ਉਹ ਲਾ ਕੇ ਉਹਨੂੰ ਦੇਖਿਆ ਗਿਆ ਵੀ ਕਿਤੇ ਮਾੜੀ ਮੋਟੀ ਵੀ ਜੇ ਕਿਤੇ ਮੂਵਮੈਂਟ ਕਰਦਾ ਇਹ ਤਾਂ ਹੋ ਸਕਦਾ ਵੀ ਉਹ ਡਾਕਟਰ ਉਹਨੂੰ ਬਚਾ ਸਕਦੇ ਸੀ। ਪਰ ਉਹਨਾਂ ਨੇ ਪੂਰਾ ਜੋ ਵੀ ਉਹਨਾਂ ਦੇ ਸਿਕਾ ਜੋਰ ਲਾਇਆ, ਪਰ ਉਹਦੀ ਵਾਹਿਗੁਰੂ ਦਾ ਭਾਣਾ ਬਣਨਾ ਪੈਣਾ ਜੀ। ਕਿੰਨੇ ਭੈਣ ਭਰਾ ਸੀਗੇ ਜੀ? ਦੋ ਭੈਣਾਂ ਅਤੇ ਦੋ ਭਰਾ ਸੀਗੇ ਭਾਅ ਜੀ। ਇੱਕ ਟਵਿੰਸ ਹੈ ਜੁਗੜਾ ਜੀ, ਇਹ ਟਵਿੰਸ ਸੀਗਾ ਜੀ, ਇੱਕ ਉਹਦੀ ਨਾਲ ਭੈਣ ਹੈ। ਸਾਰੇ ਨਾਲੋਂ ਵੱਡਾ ਸੀਗਾ ਜੀ? ਛੋਟਾ ਸੀਗਾ ਜੀ। ਗਬਲਾ